ਇਤਲਾ ਹੈ ਲੋਕਾਂ ਨੂੰ ਇਤਲਾ ਹੈ ਔਰ ਠੀਕ ਹੈ ਜੇ ਤੁਸੀਂ ਜਾ ਕੇ ਸੀਇੰਗ ਇਜ਼ ਬਿਲੀਵਿੰਗ ਤੁਸੀਂ ਗਰਾਊਂਡ 'ਚ ਜਾਂਦੇ ਹੋ ਤੁਹਾਨੂੰ ਰਿਐਲਿਟੀ ਪਤਾ ਚੱਲਦੀ ਹੈ ਇਸ ਚੀਜ਼ ਨੂੰ ਤੁਸੀਂ ਅੰਡਰਮਾਈਨ ਨਹੀਂ ਕਰ ਸਕਦੇ ਕਿ ਜਿਹੜੀ ਕ੍ਰੈਡੀਬਿਲਿਟੀ ਇਸ਼ੂ ਹੈ ਹਕੂਮਤ ਦਾ ਜਿਹੜਾ ਪੈਸਾ ਨਹੀਂ ਆ ਰਿਹਾ ਦੂਸਰਾ ਜਿਹੜੀ ਜੋ ਕੁਛ ਹੋ ਰਿਹਾ ਉਹ ਵੀ ਇਤਨਾ ਉਹਦੀ ਕੋਆਰਡੀਨੇਸ਼ਨ ਬਿਲਕੁਲ ਨਹੀਂ ਹੈ ਔਰ ਜੋ ਕੁਛ ਹੋ ਰਿਹਾ ਉਹ ਵੀ ਖਾਸ ਪੋਕਿਟ 'ਚ ਹੋ ਰਿਹਾ 35 ਬ੍ਰਿਜਸ ਟੁੱਟ ਗਏ ਨੇ ਤੁਹਾਡੇ ਸਵਾਦ ਦੇ ਏਰੀਏ 'ਚ 36 ਚੋਂ 35 ਬ੍ਰਿਜ ਟੁੱਟੇ ਹੋਏ ਨੇ ਰਾਬਤਾ ਹੀ ਕੋਈ ਨਹੀਂ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਲੋਕ ਵੀ ਜਿਹੜੀ ਪੋਲੀਟੀਕਲ ਪਾਰਟੀ ਜਾ ਰਹੀਆਂ ਨੇ ਸਿਵਲ ਸੁਸਾਇਟੀ ਜਾ ਰਹੀ ਹੈ ਜਿਹੜਾ ਲੋਕ ਲੈ ਕੇ ਜਾ ਰਹੇ ਨੇ ਉਹ ਸਾਰਾ ਵੀ ਖਾਸ ਏਰੀਆ ਤੱਕ ਜਾ ਰਿਹਾ ਸਭ ਤੋਂ ਵੱਡਾ ਇਸ਼ੂ ਹੈ ਕਿ ਲੋਕਾਂ ਨੂੰ ਪਤਾ ਨਹੀਂ ਕਰਨਾ ਕੀ ਹੈ ਲੋਕਲ ਵੀ ਜਿਹੜੀ ਸਾਡੀ ਆਵਾਮ ਹੈ ਉਹ ਵੀ ਰਿਸਪੋਂਡ ਨਹੀਂ ਕਰ ਰਹੀ ਦੋ ਵਜੂਹਾਂ ਨੇ ਇੱਕ ਤਾਂ ਕ੍ਰੈਡੀਬਿਲਿਟੀ ਇਸ਼ੂ ਹੈ ਔਰ ਦੂਸਰਾ ਪਾਵਰਟੀ ਇਤਨੀ ਜ਼ਿਆਦਾ ਹੈ ਕਿ ਲੋਕਾਂ ਨੂੰ ਆਪਣੀ ਦਾਲ ਰੋਟੀ ਦੀ ਫਿਕਰ ਪਈ ਹੋਈ ਹੈ ਤੁਸੀਂ ਇਹ ਦੇਖ ਲਓ ਕਿ ਲਾਸਟ ਹੀ ਪਿਛਲੇ ਸਾਲ ਪਾਕਿਸਤਾਨ ਵਿੱਚ 20 ਮਿਲੀਅਨ ਟਨ ਗੰਦਮ ਕੰਜ਼ਿਊਮ ਹੋਈ ਸੀ ਇਸ ਸਾਲ ਇਸ ਸੈਲਾਬ ਤੋਂ ਪਹਿਲੇ ਪਹਿਲੇ ਪੂਰਾ ਸਾਲ ਜਿਹੜਾ ਤੁਹਾਡਾ ਮਾਲੀ ਸਾਲ ਗੁਜ਼ਰਿਆ ਜੂਨ ਤੱਕ 18 ਮਿਲੀਅਨ ਟਨ ਗੰਦਮ ਕੰਜ਼ਿਊਮ ਹੋਈ ਹੈ ਇਹ ਕੀ ਸ਼ੋਅ ਕਰ ਰਿਹਾ ਕਿ ਪਾਕਿਸਤਾਨੀ ਰੋਟੀ ਘੱਟ ਖਾਣਾ ਸ਼ੁਰੂ ਹੋ ਗਏ ਨੇ ਜਾਂ ਪਾਕਿਸਤਾਨ ਦੀ ਆਬਾਦੀ ਘੱਟ ਗਈ ਹੈ ਸੁਣੋ ਕੰਜ਼ੰਪਸ਼ਨ ਦੀ ਗੱਲ ਹੈ ਕੰਜ਼ੰਪਸ਼ਨ ਕਿੰਨੀ ਹੋਈ ਹੈ ਕੰਜ਼ੰਪਸ਼ਨ 20 ਮਿਲੀਅਨ ਸੀ ਵਰਲਡ ਫੂਡ ਪ੍ਰੋਗਰਾਮ ਦਾ ਇਹ ਬਿਆਨ ਹੈ ਕਿ ਪਾਕਿਸਤਾਨੀਆਂ ਨੇ 10 ਮਿਲੀਅਨ 10% ਸੁਣੋ ਮੇਰੀ ਪਲੀਜ਼ ਮੈਨੂੰ ਖਤਮ ਕਰਨ ਦਿਓ ਗੱਲ ਉਹ ਹੈ ਕਿ ਪਾਵਰਟੀ ਇਸ਼ੂ ਹੈ ਅਸੀਂ ਮੈਂ ਖੁਦ ਕੈਂਪ ਲਾ ਕੇ ਬੈਠਾ ਰਹਿਣਾ ਲੋਕਾਂ 'ਚ ਉਹ ਜਜ਼ਬਾ ਨਹੀਂ ਹੈ ਉਹ ਲੋਕਾਂ 'ਚ ਲੋਕਾਂ ਨੂੰ ਉਹ ਟਰੱਸਟ ਨਹੀਂ ਹੈ ਔਰ ਇਹ ਇਸ਼ੂ ਹੈ ਇੰਟਰਨੈਸ਼ਨਲੀ ਦੂਸਰੀ ਗੱਲ ਹੈ ਮੇਰਾ ਖਿਆਲ ਹੈ ਇਹ ਜਜ਼ਬਾ ਕਿੰਨੇ ਜਗਾਣਾ ਨਾ ਮੈਨੂੰ ਇਹ ਦੱਸੋ ਜਜ਼ਬਾ ਕਿੰਨੇ ਜਗਾਣਾ ਲੀਡਰਸ਼ਿਪ ਦਾ ਕ੍ਰੈਡੀਬਿਲਿਟੀ ਹੈ ਇਹ ਪਬਲਿਕ ਨੂੰ ਅਪੀਲ ਕਰਨ ਨਹੀਂ ਤੇ ਅਸੀਂ ਇਨਸ਼ਾਅੱਲਾ ਕੱਲ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਅਸੀਂ ਇੱਕ ਨੈਸ਼ਨਲ ਲੈਵਲ ਤੇ ਇੱਕ ਅਸੀਂ ਆਪਣਾ ਕਮਿਸ਼ਨ ਬਣਾ ਰਹੇ ਹਾਂ ਔਰ ਅਸੀਂ ਸਾਰੀ ਜਿਹੜੀਆਂ ਜਿਹੜੇ ਵੀ ਸਟੇਕ ਹੋਲਡਰਸ ਨੇ ਈਵਨ ਵਿਲ ਕੰਟੈਕਟ ਗਵਰਨਮੈਂਟ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਅਸੀਂ ਉਸ ਵਿੱਚ ਇਨਵਾਈਟ ਕਰਾਂਗੇ ਉਹ ਅਸੀਂ ਕਰਕੇ ਅਸੀਂ ਆਪਣੇ ਐਂਡ ਤੇ ਕਰ ਰਹੇ ਹਾਂ ਲੇਕਿਨ ਵੀ ਆਰ ਨਥਿੰਗ ਕਿਉਂਕਿ ਇਹ ਇਸ ਵਾਸਤੇ ਬਹੁਤ ਸਾਰਾ ਇਨਫਰਾਸਟ੍ਰਕਚਰ ਚਾਹੀਦਾ ਹਕੂਮਤ ਜੋ ਕੁਛ ਵੀ ਹੋ ਰਿਹਾ ਵੀ ਗੱਲ ਕਰੋਗੇ ਉਹ ਹਕੂਮਤ ਵੀ ਕਰ ਰਹੀ ਹੈ ਪੀਐਮਐਲਐਨ ਔਰ ਪੀਸ ਪਾਰਟੀ ਨੇ ਵੀ ਕੁਝ ਬਣਾਉਣ ਦੀ ਗੱਲ ਕੀਤੀ ਇਹ ਤੁਹਾਡੇ ਕੰਮ ਸੀ ਨਾ ਤੁਸੀਂ ਵੀ ਪਹਿਲੇ ਦਿਨ ਸਾਹਮਣੇ ਆਉਂਦੇ ਇਹਨਾਂ ਨੂੰ ਪੁੱਛਨੇ ਆ ਕਿਉਂ ਜੀ ਇਹ ਮਤਲਬ ਕ੍ਰੈਡੀਬਿਲਿਟੀ ਦੀ ਗੱਲ ਹੈ ਸਵਾਲ ਹੈ ਕ੍ਰੈਡੀਬਿਲਿਟੀ ਦਾ ਕ੍ਰੈਡੀਬਿਲਿਟੀ ਤੁਹਾਡੀ ਕਿਉਂ ਖਰਾਬ ਹੈ ਲੋਕਾਂ ਦਾ ਕਹਿਣਾ ਕ੍ਰੈਡੀਬਿਲਿਟੀ ਖਰਾਬ ਹੈ ਦੇਖਿਆ ਜੀ ਜਬ ਇਨਸਾਨ ਕੀ ਬਾਤ ਕਰਤੇ ਹੈ ਨਾ ਜੀ ਤੋ ਉਸਮੇ ਕਈ ਇਸ਼ੂਜ਼ ਹੈ ਕਿਉਂਕਿ ਇਹ ਇੱਕ ਇਨਸਾਨ ਕੀ ਬਾਤ ਹੈ ਔਰ ਉਸਮੇ ਬਹੁਤ ਸਾਰੇ ਕਲੈਸ਼ ਆਫ ਇੰਟਰਸਟ ਹੈ ਮੁਮਕਿਨ ਹੈ ਕੁਛ ਗਰੁੱਪਸ ਕਿਸੀ ਦੂਸਰੇ ਸੇ ਬਹੁਤ ਸਾਰੀ ਚੀਜ਼ੋਂ ਪਰ ਸੇ ਕੋਈ ਆਪਣੇ ਦਲਾਇਲ ਸੇ ਕੋਈ ਚੀਜ਼ੋਂ ਕੋਈ ਲੈਣਾ ਚਾਹ ਰਹੇ ਹੋ ਮੈਂ ਇਹ ਸਮਝਦਾ ਹੂੰ ਕਿ ਇਹ ਇੱਕ ਬੜੀ ਨਾਗਾਨੀ ਆਫਤ ਜੋ ਕਿਸੀ ਕੋ ਕੋਈ ਯਹਾਂ ਪਤਾ ਤੋ ਨਹੀਂ ਹੋਤਾ ਕਿ ਕਹਾਂ ਸੇ ਕਬ ਕੋਈ ਤੂਫਾਨੀ ਆਫਤ ਕੋ ਕੁਦਰਤੀ ਆਫਤ ਆ ਜਾਏ ਅਬ ਇਸਕੋ ਮੈਂ ਨੈਸਲ ਕਾਮ ਦੇਖਣਾ ਚਾਹੀਏ ਅਗਰ ਕੋਈ ਕ੍ਰੈਡੀਬਿਲਿਟੀ ਕਾ ਇਸ਼ੂ ਹੈ ਤੋ ਇਸ ਵਕਤ ਪਾਕਿਸਤਾਨ ਆਰਮੀ ਕੇ ਆਪਣੇ ਅਕਾਊਂਟਸ ਉਹਨਾਂ ਨੇ ਦੀਏ ਮੈਂ ਉਸ ਪਰ ਸੇ ਆਪ ਪੈਸਾ ਜਮ੍ਹਾਂ ਕਰਵਾ ਲੇ ਜੋ ਪੰਜਾਬ ਕੀ ਚੀਫ ਮਿਨਿਸਟਰ ਹੈ ਉਹਨਾਂ ਨੇ ਆਪਣੇ ਅਕਾਊਂਟਸ ਦੀਏ ਹੋਏ ਹੈ ਆਪ ਉਸ ਪਰ ਕਰਵਾ ਲੇ ਪ੍ਰਾਈਮ ਮਿਨਿਸਟਰ ਕੇ ਅਕਾਊਂਟਸ ਹੈ ਆਪ ਉਸ ਪਰ ਜਾ ਲੇ ਅਗਰ ਕੋਈ ਇਮਰਾਨ ਖਾਨ ਸਾਹਿਬ ਕੀ ਪਾਰਟੀ ਹੈ ਤੋ ਵੋ ਆਪਣੇ ਤਰਫ ਸੇ ਕਰ ਲੇ ਬੁਨਿਆਦੀ ਤੌਰ ਪਰ ਲੋਕੋਂ ਕੋ ਜ਼ਰੂਰਤ ਹੈ ਔਰ ਇਸ ਜ਼ਰੂਰਤ ਮੈਂ ਹਮੇ ਇਨਕੋ ਐਵੈਕਿਊਏਟ ਕਰਨੇ ਕੀ ਵੀ ਪ੍ਰਾਇਮਰੀ ਜੋ ਉਸ ਪਰ ਸੇ ਐਸਪੈਕਟ ਹੈ ਵੋ ਯੇ ਹੈ ਕਿ ਇਨ ਪਰ ਐਵੈਕਿਊਏਸ਼ਨ ਦੀ ਜਾਏ ਇਨਕੋ ਰਿਲੀਫ ਦੀਆ ਜਾਏ ਇਨਕੋ ਸੈਟਲ ਕੀਆ ਜਾਏ ਔਰ ਮੈਂ ਆਪਸੀ ਇਹ ਗੁਜ਼ਾਰਿਸ਼ ਕਰੂੰ ਕਿ ਬਹਿਸ ਬਰਾਏ ਬਹਿਸ ਮੈਂ ਕਈ ਐਲੀਮੈਂਟਸ ਜੋ ਹੈ ਵੋ ਉਸਕੀ ਨਿਟੀ ਗ੍ਰਿਟੀ ਮੈਂ ਚੀਜ਼ੇ ਉਲਝ ਸਕਤੀ ਹੈ ਉਸਕੇ ਬਜਾਏ ਜੈਸੇ ਪ੍ਰਾਈਮ ਮਿਨਿਸਟਰ ਨੇ ਕਿਹਾ ਪ੍ਰੈਜ਼ੀਡੈਂਟ ਨੇ ਕਿਹਾ ਔਰ ਮੈਂ ਸ਼ਹਿਬਾਜ਼ ਸ਼ਰੀਫ ਕੇ ਲਈ ਵੀ ਕਹੂੰਗਾ ਕਿ ਵੋ ਮੈਨੇ ਉਸਕੋ ਕਾਮ ਕਰਤੇ ਹੋਏ ਦੇਖਾ ਹੈ ਔਰ ਵੋ ਵੀ ਕਾਮ ਕਰਨੇ ਕੀ ਕੋਸ਼ਿਸ਼ ਕਰ ਰਹੇ ਇਸ ਤਰ੍ਹਾਂ ਮੀਆਂ ਸਾਹਿਬ ਨੇ ਕੱਲ੍ਹ ਬੈਠ ਕੇ ਕਿਹਾ ਔਰ ਪ੍ਰਾਈਮ ਮਿਨਿਸਟਰ ਕਿਹਾ ਕਿ ਅੱਛਾ ਇਸਕੋ ਇੱਕ ਜੁਆਇੰਟ ਬੇਸਿਸ ਪੇ ਆਪ ਬਣਾ ਲੇ ਤਾਂ ਕਿ ਕੋਈ ਇਸ ਤਰ੍ਹਾਂ ਕਾ ਇਸ਼ੂ ਹੀ ਨਾ ਰਹੇ ਬਟ ਇਸਕੋ ਹਮ ਰੀਸੈਟਲਮੈਂਟ ਕੀ ਤਰਫ ਲੈ ਕੇ ਜਾਏ ਔਰ ਮੈਂ ਆਪਸੇ ਇਹ ਬਾਤ ਕਰਨਾ ਚਾਹੂੰ ਕਿ ਦੇਖੇ ਜੋ ਇੱਕ ਮੌਤ ਹੈ ਨਾ ਜੀ ਇਸਕਾ ਨਾ ਮਿਲ ਬਦਲ ਕੋਈ ਨਹੀਂ ਅਗਰ ਕਿਸੀ ਕੇ ਬੱਚੇ ਛਿਨ ਗਏ ਇਹ ਇੱਕ ਬਹੁਤ ਬੜੀ ਮਸਲ ਇੱਕ ਔਰਤ ਉਸ ਦਿਨ ਮੈਂ ਉਸਕੋ ਦੇਖ ਰਿਹਾ ਥਾ ਉਸਨੇ ਕਿਹਾ ਮੇਰੇ 7 ਬੱਚੇ ਥੇ 6 ਬਹਿ ਗਏ ਵਹਾਂ ਇੱਕ ਫੈਮਲੀ ਨੂੰ ਸ਼ਹਿਰ ਮੈਂ ਬੈਠੀ ਹੋਈ ਥੀ ਉਹਨੇ ਕਿਹਾ ਜੀ ਕਿ ਹਮਾਰੇ ਬੱਚੇ ਯਹਾਂ ਸੇ ਬਹਿ ਗਏ ਅਨਟਿਲ ਅਨਲੈਸ ਕਿ ਹਮੇ ਲਾਸ਼ਾਂ ਨਹੀਂ ਮਿਲਤੀ ਤੋ ਹਮ ਯਹਾਂ ਸੇ ਨਹੀਂ ਉਠੇਂਗੇ ਔਰ ਇਸੀ ਤਰ੍ਹਾਂ ਸੇ ਮੁਸ਼ਕਿਲ ਹੋਤਾ ਹੈ ਕਿਉਂਕਿ ਇੱਕ ਅਰਸੇ ਕੇ ਬਾਅਦ ਇਹ ਸੈਲਾਬ ਆਇਆ ਔਰ 80 ਸਾਲ ਕੀ ਤਾਰੀਖ ਮੈਂ ਕਹਤੇ ਇਤਨਾ ਨਹੀਂ ਆਇਆ ਔਰ ਸਿੰਧ ਮੈਂ ਵੋ ਕੱਚੇ ਕੇ ਏਰੀਏ ਮੈਂ ਆਬਾਦ ਥੇ ਉਨਕੋ ਬੜਾ ਕਹਾ ਗਿਆ ਫੌਜ ਕਹਿਤੀ ਰਹੀ ਸਿਵਲ ਸੁਸਾਇਟੀ ਕਹਿਤੀ ਰਹੀ ਉਨਨੇ ਜਗ੍ਹਾ ਨਹੀਂ ਛੋੜੀ
ਔਰ ਉਸ ਪਰਸਨ ਨੂੰ ਟੈਕਸ ਡੈਫਿਸਿਟ ਖਤਮ ਕਿਸ ਤਰ੍ਹਾਂ ਕਰਾਂਗੇ ਕੋਈ ਮੈਂ ਕਹਾ ਜਿਹੜੀ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਨਾ ਜੀ ਤੁਸੀਂ ਉੱਥੇ ਆ ਜਾਓ ਆਪ ਇਸ ਕੋ ਡੀਸੈਂਟਰਲਾਈਜ਼ ਕਰ ਲੈ ਡੀਸੈਂਟਰਲਾਈਜ਼ ਕਰ ਲਓ ਤੁਸੀਂ ਅੱਜ 20 ਦਿਨ ਬਾਅਦ ਇਸ ਉੱਤੇ ਕੰਮ ਕਰਨ ਲੱਗੇ ਹੋ ਨਾ ਤੁਸੀਂ ਇਹਨੂੰ ਇਸ ਤੋਂ ਪਹਿਲੇ ਤੁਸੀਂ ਕਰ ਦਿੰਦੇ ਤੁਸੀਂ ਇਨੀਸ਼ੀਏਟਿਵ ਲੈ ਲੈਂਦੇ ਹਕੂਮਤ ਨੇ ਇਨੀਸ਼ੀਏਟਿਵ ਲੈ ਲਿਆ ਉਹ ਕਮਿਸ਼ਨ ਦਾ ਵੀ ਲੈ ਲਿਆ ਆਪ ਇਸ ਕੋ ਡੀਸੈਂਟਰਲਾਈਜ਼ ਕਰ ਲੈ ਆਪ ਕਾ ਇਸ਼ੂ ਹੀ ਕੋਈ ਨਹੀਂ ਹਮ ਤੋ ਇਹ ਕਹਤੇ ਹੈ ਕਿ ਜੋ ਲੋ ਇਫੈਕਟਿਵ ਹੈ इनको मैं नेशनल काम इनको बिल्कुल बिल्कुल सियासतबाजी नहीं होनी चाहिए और मैं समझना जरा ऐसे जो फोटो सेशन चल रहा है एक तरफ प्राइम मिनिस्टर साहब का एक तरफ नवाजी शहबाज शरीफ का उसकी भी जरूरत नहीं है ਉਹਦਾ ਕੋਈ ਫਾਇਦਾ ਆਵਾਮ ਨੂੰ ਮੈਂ ਪੂਰੀ ਬਸ ਮੈਂ ਤੁਹਾਡੇ ਕੋਲ ਆ ਕੇ ਪੂਰਾ ਇਹਦਾ ਜਵਾਬ ਲਵਾਂਗਾ ਨਾਜ਼ਰੀਨ ਇੱਥੇ ਲਵਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਆ ਕੇ ਆਪਣੀ ਗੁਫ਼ਤਗੂ ਦਾ ਸਿਲਸਿਲਾ ਸੀ ਅੱਗੇ ਵਧਾਵਾਂਗੇ ویلکم بیک ناظرین اسی گل کر رہے ہیں کہ سلاب جنی تباہ کاریاں نے اور عالمی امداد کی وجہ ہے کہ امداد کٹ ملی اور دوسری گل ہے کہ سلاب زدگان دیگر امداد نہیں کرتے مدد نہیں پہنچتی تو اکثریت پسندی دے پھیلن دا چانس ہے اتنے گفتگو کر رہے ہیں اور سارے شریک گفتگو نے جناب مرتضیٰ ستی صاحب صداقت عباس صاحب اور مائیکل صاحب مائیکل سیمپل صاحب نے سن ہوں جوائن کر لیا اور فون لائن کے اوپر سن جوائن کریں گے امتیاز گول صاحب جی پروفیسر صاحب ਜੀ ਇੱਕ ਤਾਂ ਗੱਲ ਹੈ ਜੀ ਜਿਹੜੀ ਗੱਲ ਕਰ ਰਹੇ ਸੀ ਕਿ ਤੁਸੀਂ ਐਕਟਿਵ ਮੈਦਾਨ ਵਿੱਚ ਡੈਫਿਸਿਟ ਨੂੰ ਦੂਰ ਕਰਨ ਵਾਸਤੇ ਇੱਕ ਤਾਂ ਇਹ ਕਿ ਜਨਾਬ ਮੇਰੇ ਖਿਆਲ ਜਿਸ ਤਰ੍ਹਾਂ ਕਮਿਸ਼ਨ ਬਣਿਆ ਇਹਨੂੰ ਹੋਰ ਜ਼ਰਾ ਬ੍ਰੌਡ ਬੇਸਡ ਹੋਣਾ ਚਾਹੀਦਾ ਔਰ ਉਸ ਚੀਜ਼ ਨੂੰ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਖੁਦ ਸੀਰੀਅਸ ਲਵੇ ਪਹਿਲੇ ਤਾਂ ਲੋਕਾਂ ਦਾ ਬੜਾ ਮੀਡੀਆ ਦਾ ਬੜਾ ਸ਼ੋਰ ਸੀ ਕਿ ਜੀ ਸਾਡਾ ਇੱਥੇ ਸਲਾਬ ਆਇਆ ਸਾਡੇ ਪ੍ਰੈਜ਼ੀਡੈਂਟ ਸਾਹਿਬ ਬਾਹਰ ਫਿਰ ਰਹੇ ਸਨ ਉਹ ਵੀ ਇੱਕ ਮਤਲਬ ਨੋਨ ਸੀਰੀਅਸਨੈਸ ਗਈ ਹੈ ਉਹ ਸ਼ਾਇਦ ਉਦੋਂ ਵੀ ਮੈਸੇਜ ਸਹੀ ਨਹੀਂ ਗਿਆ ਕਿ ਸ਼ਾਇਦ ਪਾਕਿਸਤਾਨ ਕੋ ਐਡਾ ਵੱਡਾ ਇਸ਼ੂ ਨਹੀਂ ਹੈ ਇਸ ਦਾ ਸੋਲੂਸ਼ਨ ਕੀ ਹੈ ਫਿਲ ਫੋਰ ਗਵਰਨਮੈਂਟ ਦਾ ਕੰਮ ਹੋਣਾ ਚਾਹੀਦਾ ਹੈ ਕਿ ਜਿੰਨੇ ਲੋਕ ਕੰਮ ਕਰ ਰਹੇ ਨੇ ਇਸ ਸਲਾਬ ਵਾਸਤੇ ਚਾਹੇ ਉਹ ਪੋਲੀਟੀਕਲ ਪਾਰਟੀਜ਼ ਨੇ ਚਾਹੇ ਉਹ ਰਿਲੀਜੀਅਸ ਪਾਰਟੀਜ਼ ਨੇ ਚਾਹੇ ਉਹ ਸਿਵਲ ਸੁਸਾਇਟੀ ਹੈ ਐਨ ਜੀ ਓਜ਼ ਨੇ ਜਾਂ ਆਰਮੀ ਹੈ ਜਾਂ ਐਨ ਡੀ ਐਮ ਏ ਹੈ ਕੋਈ ਵੀ ਹੈ ਉਹਨਾਂ ਦੀ ਕੋਆਰਡੀਨੇਸ਼ਨ ਪਲਾਨ ਹੋਵੇ ਮੇਰੀ ਤਜਵੀਜ਼ ਤਾਂ ਹੈ ਕਿ ਕੋਆਰਡੀਨੇਸ਼ਨ ਪਲਾਨ ਕੀਤਾ ਜਾਵੇ ਔਰ ਏਰੀਆਜ਼ ਐਲੋਕੇਟ ਕਰ ਲਏ ਜਾਣ ਕਿਉਂਕਿ ਗਵਰਨਮੈਂਟ ਦੇ ਵਾਸਤੇ ਕੰਮ ਨਹੀਂ ਹੈ ਟੂ ਬੀ ਫੇਅਰ ਖਾਲੀ ਗਵਰਨਮੈਂਟ ਨੂੰ ਕ੍ਰਿਟੀਸਾਈਜ਼ ਕਰਨਾ ਨਹੀਂ ਗਵਰਨਮੈਂਟ ਕੋਲ ਫੋਰੀ ਹੈ ਮਾਮਲਾ ਹੱਲ ਨਹੀਂ ਹੋ ਸਕਦਾ ਸ਼ਾਇਦ ਜਿਹੜਾ ਜਿਸ ਹੱਦ ਤੱਕ ਤਬਾਹੀ ਹੈ ਉਹਨੂੰ ਅਸੈਸ ਕਰਨਾ ਇੱਥੇ ਬਹਿ ਕੇ ਬੜਾ ਮੁਸ਼ਕਲ ਹੈ ਆਨਟਿਲ ਯੂ ਵਿਜ਼ਿਟ ਦੀ ਏਰੀਆ ਉਸੇ 'ਚ ਇਹ ਹੈ ਕਿ ਜੋ ਇਹਨਾਂ ਦਾ ਮਤਲਬ ਇਹਨਾਂ 'ਤੇ ਜਿਹੜਾ ਕੁਐਸਚਨ ਮਾਰਕ ਹੈ ਨਾ ਇਹਨਾਂ ਦੀ ਕ੍ਰੈਡੀਬਿਲਿਟੀ 'ਤੇ ਉਹ ਹੁਣ ਇਹਦਾ ਪੋਲੀਟੀਕਲ ਇਸ਼ੂ ਹੈ ਐਜ਼ ਅ ਨੇਸ਼ਨ ਮੇਰਾ ਖਿਆਲ ਹੈ ਕਿ ਅਗਰ ਹਕੂਮਤ ਇਨੀਸ਼ੀਏਟਿਵ ਲਵੇ ਔਰ ਅਕਰੋਸ ਦ ਬੋਰਡ ਸਾਰੇ ਲੋਕਾਂ ਨੂੰ ਉਸੇ ਸ਼ਾਮਿਲ ਕਰੇ ਜਿਹੜੇ ਲੋਕ ਤੁਸੀਂ ਉਸ ਤਰ੍ਹਾਂ ਨਾ ਲਓ ਸਾਡੀ ਇਸ ਕਿਆਦਤ ਦਾ ਬੜਾ ਲੀਡਰਸ਼ਿਪ ਦਾ ਬੜਾ ਫੁਕਦਾਨ ਹੈ ਜਿਹੜੀ ਕ੍ਰੈਡੀਬਲ ਲੀਡਰਸ਼ਿਪ ਜਿਹੜੀ ਆਉਂਦੀ ਹੈ ਉਹ ਜਦੋਂ ਕੁਦਰਤੀ ਆਫਾਤ ਹੁੰਦੀਆਂ ਨੇ ਉਹ ਲੋਕਾਂ ਨੂੰ ਲੈ ਕੇ ਚੱਲਦੀ ਹੈ ਠੀਕ ਹੈ ਜੀ ਕ੍ਰੈਡੀਬਲ ਲੀਡਰਸ਼ਿਪ ਦੀ ਗੱਲ ਕਰਨੇ ਆ ਮਾਈਕਲ ਸਾਹਿਬ ਇਹ ਦੱਸੋ ਕਿ ਸਲਾਬ ਦਾ ਤੀਸਰਾ ਸਪਿਲ ਆ ਗਿਆ ਹੁਣ ਲੋਕਾਂ ਨੂੰ ਪਤਾ ਨਹੀਂ ਲੱਗਾ ਉੱਥੇ ਜਿਹੜੇ ਪਹੁੰਚੇ ਸਲਾਬ ਹੁਣ ਜੈਕਬਾਬਾਦ ਨੂੰ ਲੈ ਗਿਆ ਜੈਕਬਾਬਾਦ ਇਸ ਤਰ੍ਹਾਂ ਹੀ ਲੱਗ ਰਿਹਾ ਜਿਵੇਂ ਉਹ ਵੀ ਇੱਕ ਦਰਿਆ ਹੈ ਉਹ ਕਿੱਥੇ ਚਲੇ ਗਏ ਸਾਰੇ ਐਸਟੀਮੇਟ ਔਰ ਸਾਰੇ ਮਾਮਲਾਤ ਕਿ ਸਭ ਨੂੰ ਪਤਾ ਕਿ ਸਲਾਬ ਜਾ ਰਿਹਾ ਔਰ ਡਾਊਨ ਸਟ੍ਰੀਮ ਜਾ ਰਿਹਾ ਉਹਨੇ ਨੇ ਉੱਧਰ ਹੀ ਜਾਣਾ ਇਹਦੀ ਕੀ ਵਜੂਹਾਤ ਨੇ ਸਭ ਕੋ ਪਤਾ ਹੈ ਕਿ ਅਭੀ ਇਤਨਾ